TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ 'ਚ ਨਜ਼ਰ ਮਾਰੀਏ ਜਿਹੜੀਆਂ ਖਬਰਾਂ ਜਿਹੜੀਆਂ ਘਟਨਾਵਾਂ ਨੂੰ ਆਧਾਰ ਬਣਾਉਣਾ। ਤਾਲਿਬਾਨ ਵੱਲੋਂ ਕਈ ਹੋਰ ਸੂਬਿਆਂ ਦੀਆਂ ਰਾਜਧਾਨੀਆਂ 'ਤੇ ਕਬਜ਼ਾ, ਹਿੰਸਾ ਵਿਚਕਾਰ ਉੱਚ ਪੱਧਰੀ ਮੀਟਿੰਗ ਵੀ ਜਾਰੀ। NRI ਨਾਲ ਕਰੋੜਾਂ ਰੁਪਏ ਦੀ ਠੱਗੀ ਦਾ ਪਰਦਾਫਾਸ਼। ਕੇਜਰੀਵਾਲ ਅਤੇ ਸਿਸੋਦੀਆ ਮੁੱਖ ਸਕੱਤਰ 'ਤੇ ਹਮਲੇ ਦੇ ਕੇਸ ਵਿੱਚੋਂ ਹੋਏ ਬਰੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ। ਆਪਣੇ ਕੁਕਰਮਾਂ 'ਤੇ ਪਰਦਾ ਪਾਉਣ ਲਈ RTI ਦੀ ਸੰਘੀ ਨੱਪੀ ਸੰਧਵਾਂ ਦਾ ਕਹਿਣਾ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚਲੂਨੀ ਨੇ ਦਿੱਤਾ ਸਪਸ਼ਟੀਕਰਨ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕੀਤੀ ਜਾਏਗੀ। ਇਹ ਜਾਣਕਾਰੀਆਂ ਤੋਂ ਪਹਿਲਾਂ ਤੁਹਾਨੂੰ ਬੇਨਤੀ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਕੱਲੀ ਇਕੱਲੀ ਖਬਰ ਦੀ ਜਾਣਕਾਰੀ ਲਈਏ। ਸਭ ਤੋਂ ਪਹਿਲਾਂ ਆਪਾਂ ਅਫਗਾਨਿਸਤਾਨ ਵਾਲੇ ਪਾਸੇ ਚੱਲਦੇ ਹਾਂ। ਅਫਗਾਨਿਸਤਾਨ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਤਾਲਿਬਾਨ ਤੇਜ਼ੀ ਦੇ ਨਾਲ ਕਾਬਜ਼ ਹੁੰਦਾ ਜਾ ਰਿਹਾ ਹੈ। ਹੁਣ ਇਹ ਵੀ ਖਬਰ ਹੈ ਕਿ ਉਹ ਲਗਾਤਾਰਤਾ ਦੇ ਨਾਲ ਜਿਸ ਤਰ੍ਹਾਂ ਅਫਗਾਨਿਸਤਾਨ ਦੇ ਹਿੱਸਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਰਿਹਾ ਹੈ ਅਤੇ ਉੱਥੋਂ ਦੀ ਰਾਜਧਾਨੀ ਕਾਬਲ ਵੱਲ ਵਧ ਰਿਹਾ ਹੈ। ਬੀਤੇ 6 ਦਿਨਾਂ ਦੇ ਵਿੱਚ 8ਵੀਂ ਸੂਬਾਈ ਰਾਜਧਾਨੀ 'ਤੇ ਤਾਲਿਬਾਨਾਂ ਨੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਨੇ ਪੁਲ ਏ ਖੁਮਰੀ ਅਤੇ ਫੈਜ਼ਾਬਾਦ ਨੂੰ ਵੀ ਜਾਣਕਾਰੀ ਅਨੁਸਾਰ ਆਪਣੇ ਕੰਟਰੋਲ ਵਿੱਚ ਕਰ ਲਿਆ। ਪੁਲ ਏ ਖੁਮਰੀ ਕਾਬਲ ਤੋਂ ਸਿਰਫ 225 ਕਿਲੋਮੀਟਰ ਦੂਰ ਹੈ। ਤਾਲਿਬਾਨ ਨੇ 6 ਸੂਬਾਈ ਰਾਜਧਾਨੀਆਂ 'ਤੇ ਕਬਜ਼ਾ ਕਰਨ ਤੋਂ ਬਾਅਦ ਬੀਤੇ 24 ਘੰਟਿਆਂ ਦੇ ਦੌਰਾਨ ਬਗਲਾਨ ਸੂਬੇ ਦੀ ਰਾਜਧਾਨੀ ਪੁਲ ਏ ਖੁਮਰੀ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਉਸਨੇ ਬਦਖਸ਼ਾਨ ਦੀ ਰਾਜਧਾਨੀ ਫੈਜ਼ਾਬਾਦ ਨੂੰ ਵੀ ਆਪਣੇ ਕਬਜ਼ੇ ਅਧੀਨ ਕਰ ਲਿਆ। ਬਦਖਸ਼ਾਨ ਸੂਬੇ ਦੀ ਜਿਹੜੀ ਸਰਹੱਦ ਹੈ ਉਹ ਤਜ਼ਾਕਿਸਤਾਨ ਅਤੇ ਪਾਕਿਸਤਾਨ ਦੇ ਨਾਲ ਇੱਕ ਪਾਸਿਓਂ ਚੀਨ ਨਾਲ ਵੀ ਲੱਗਦੀ ਹੈ। ਇਹ ਅਫਗਾਨ ਸਰਕਾਰ ਦੇ ਵਾਸਤੇ ਇੱਕ ਵੱਡਾ ਧੱਕਾ ਆਖਿਆ ਜਾ ਸਕਦਾ ਅਤੇ ਚਿੰਤਾਜਨਕ ਸਥਿਤੀ ਬਣੀ ਹੋਈ ਹੈ ਕਿਉਂਕਿ ਪੁਲ ਏ ਖੁਮਰੀ 'ਤੇ ਕਬਜ਼ੇ ਤੋਂ ਬਾਅਦ ਹੁਣ ਅਫਗਾਨਿਸਤਾਨ ਸਰਕਾਰ ਸੋਚਾਂ ਵਿੱਚ ਘਿਰ ਗਈ ਹੈ। ਇਹ ਸ਼ਹਿਰ 'ਤੇ ਕਬਜ਼ੇ ਤੋਂ ਬਾਅਦ ਜਿਹੜੀ ਕਾਬਲ ਨੂੰ ਰਸਤਾ ਜਾਂਦਾ ਜਾਂ ਆਪਾਂ ਨੈਸ਼ਨਲ ਹਾਈਵੇ ਆਖੀਏ ਜਾਂ ਰਾਜਮਾਰਗ ਉਹਨਾਂ ਦਾ ਆਖੀਏ, ਉਹਦੇ ਉੱਤੇ ਵੀ ਤਾਲਿਬਾਨ ਇਸ ਵਕਤ ਕਬਜ਼ਾ ਕਰਕੇ ਬੈਠਾ ਹੈ। ਤਾਲਿਬਾਨ ਹੁਣ ਅਮਰੀਕਾ ਦੇ ਸਮਰਥਨ ਵਾਲੇ ਦੇਸ਼ ਅਫਗਾਨਿਸਤਾਨ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਇਸਲਾਮਿਕ ਕਾਨੂੰਨ ਨੂੰ ਮੁਕੰਮਲ ਤੌਰ 'ਤੇ ਲਾਗੂ ਵੀ ਕਰਨਾ ਚਾਹੁੰਦਾ ਹੈ। ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਦੇ ਮੁਤਾਬਕ ਹਾਲੇ 11 ਸੂਬਾਈ ਰਾਜਧਾਨੀਆਂ 'ਤੇ ਜ਼ਬਰਦਸਤ ਉਹਨਾਂ ਵੱਲੋਂ ਲੜਾਈ ਜਾਰੀ ਹੈ। ਤਾਲਿਬਾਨ ਨੇ ਕਾਬਲ ਦੇ ਉੱਤਰ ਅਤੇ ਉਹਨਾਂ ਦੇ ਇਲਾਕਿਆਂ 'ਤੇ ਵੀ ਕਬਜ਼ਾ ਕਰ ਲਿਆ ਜਿੱਥੋਂ ਕਾਬਲ ਲਈ ਬਿਜਲੀ ਦੀ ਸਪਲਾਈ ਜਾ ਰਹੀ ਹੈ। ਕੰਧਾਰ ਦੇ ਵਿੱਚ ਇਸ ਵਕਤ ਜ਼ਬਰਦਸਤ ਲੜਾਈ ਚੱਲ ਰਹੀ ਹੈ। ਹਵਾਈ ਹਮਲਿਆਂ ਦੇ ਕਾਰਨ ਪਤਾ ਲੱਗਿਆ ਕਿ 10 ਅੱਤਵਾਦੀ ਉੱਥੇ ਮਾਰੇ ਗਏ। ਕੰਧਾਰ ਦੇ ਵਿੱਚ ਹਿੰਸਾ ਕਾਰਨ 30,000 ਪਰਿਵਾਰ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਉਹ ਸ਼ਹਿਰ ਛੱਡ ਦਿੱਤਾ ਅਤੇ ਹਿਜਰਤ ਉੱਥੋਂ ਕਰ ਚੁੱਕੇ ਨੇ। ਬਲਖ ਸੂਬੇ ਦੇ ਮਜ਼ਾਰੇ ਸ਼ਰੀਫ ਨੂੰ ਤਾਲਿਬਾਨ ਨੇ ਚਫੇਰਿਓਂ ਘੇਰਾ ਪਾ ਲਿਆ, ਜਿਸ ਤੋਂ ਬਾਅਦ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਉੱਥੇ ਪਹੁੰਚੇ ਹੈ। ਉਹਨਾਂ ਦੇ ਨਾਲ ਉਹਨਾਂ ਦੇ ਸੁਰੱਖਿਆ ਅਤੇ ਸਿਆਸੀ ਸਲਾਹਕਾਰ ਵੀ ਦੱਸੇ ਗਏ ਹੈ, ਮੁਹੰਮਦ ਮੁਹਾਕਿਕ, ਉਹ ਵੀ ਉੱਥੇ ਪਹੁੰਚੇ ਹੋਏ ਸੀ। ਅਤੇ ਅਸ਼ਰਫ ਗਨੀ ਨੇ ਉੱਥੇ ਸੁਰੱਖਿਆ ਦੇ ਸੰਬੰਧਾਂ ਦੇ ਵਿੱਚ ਇੱਕ ਬੈਠਕ ਵੀ ਕੀਤੀ ਹੈ, ਪਰ ਤਾਲਿਬਾਨ ਲਗਾਤਾਰ ਤਾਬੜ ਤੋੜ ਹਮਲੇ ਕਰ ਰਹੇ ਨੇ। ਇਸੇ ਵਿਚਕਾਰ ਖਬਰ ਮਿਲ ਰਹੀ ਹੈ ਕਿ ਬਲਖ ਦੇ ਗਵਰਨਰ ਅਤੇ ਹੋਰ ਅਧਿਕਾਰੀਆਂ ਨੇ ਵੀ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ। ਅਤੇ ਦੂਸਰੇ ਪਾਸੇ ਰੂਸ ਦਾ ਮੀਡੀਆ ਦਾਅਵਾ ਕਰ ਰਿਹਾ ਹੈ ਕਿ ਤਾਲਿਬਾਨ ਨੇ ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਨਾਲ ਲੱਗਦੀ ਸਰਹੱਦ ਦੇ ਇਲਾਕਿਆਂ ਨੂੰ ਆਪਣੇ ਮੁਕੰਮਲ ਤੌਰ 'ਤੇ ਕਬਜ਼ੇ ਵਿੱਚ ਕਰ ਲਿਆ। ਰੱਖਿਆ ਮੰਤਰਾਲੇ ਦੇ ਮੁਤਾਬਕ ਅਫਗਾਨਿਸਤਾਨ ਦੇ ਵਿੱਚ ਬੀਤੇ 24 ਘੰਟਿਆਂ ਦੌਰਾਨ ਲਗਭਗ 440 ਤਾਲਿਬਾਨ ਅੱਤਵਾਦੀ ਮਾਰ ਦਿੱਤੇ ਗਏ, 70 ਦੇ ਲਗਭਗ ਜ਼ਖਮੀ ਕਰ ਦਿੱਤੇ ਗਏ। ਹੁਣ ਤੁਸੀਂ ਦੇਖੋ ਕਿ ਤਾਲਿਬਾਨਾਂ ਦਾ ਖੌਫ ਕਿੰਨਾ। ਜਾਣਕਾਰੀ ਮਿਲ ਰਹੀ ਹੈ ਕਿ ਤਾਲਿਬਾਨਾਂ ਦੇ ਖੌਫ ਦੇ ਕਾਰਨ ਉੱਥੋਂ ਦੇ ਜਿਹੜੇ ਕਾਰਜਕਾਰੀ ਵਿੱਤ ਮੰਤਰੀ ਨੇ ਉਹ ਕਾਬਲ ਤੋਂ ਭੱਜ ਗਏ ਹੈ। ਇਹ ਜਾਣਕਾਰੀ ANI ਨੇ ਦਿੱਤੀ ਹੈ, ਵੱਡੀ ਖਬਰ ਏਜੰਸੀ ਹੈ ANI। ਇਸ ਖਬਰ ਏਜੰਸੀ ਦੇ ਮੁਤਾਬਕ ਅਫਗਾਨਿਸਤਾਨ ਦੇ ਕਾਰਜਕਾਰੀ ਵਿੱਤ ਮੰਤਰੀ ਖਾਲਦ ਪਯੰਦਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਉਹ ਅਫਗਾਨਿਸਤਾਨ ਛੱਡ ਕੇ ਚਲੇ ਗਏ ਨੇ। ਜਿਹੜਾ ਅਫਗਾਨਿਸਤਾਨ ਦਾ ਮੀਡੀਆ ਉਹ ਇਸ ਗੱਲ ਨੂੰ ਤਸਦੀਕ ਕਰ ਰਿਹਾ ਹੈ ਕਿ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਹੈ, ਉਹਨਾਂ ਨੇ ਅਫਗਾਨਿਸਤਾਨ ਵੀ ਛੱਡ ਦਿੱਤਾ ਹੈ ਅਤੇ ਮੁੜ ਕੇ ਉਹ ਅਫਗਾਨਿਸਤਾਨ ਆਉਣਗੇ ਵੀ ਨਹੀਂ। ਉਹਨਾਂ ਨੇ ਅਸਤੀਫੇ ਦੀ ਜਾਣਕਾਰੀ ਟਵਿੱਟਰ 'ਤੇ ਦਿੱਤੀ। ਉਹਨਾਂ ਕਿਹਾ ਕਿ ਅਸਲ ਦੇ ਵਿੱਚ ਉਹ ਨਿੱਜੀ ਕਾਰਨਾਂ ਦੇ ਕਰਕੇ ਅਸਤੀਫਾ ਦੇ ਰਹੇ ਨੇ।
पर मन्या ये जा रहा है कि वह निजी कारण कूरन कोई नहीं, तालिबाना के खौफ तो डर के भज गए ने। तो यह भी दस्या जा रहा है कि उन्होंने उपर राष्ट्रपति पैलेस का भी दबा सी, जिस करके उन्होंने अस्तीफा दिता है। हुण एक पासे हिंसा पूरे अफगानिस्तान दे विच चल रही है, तो दूसरे पासे खबर एजेंसियां यह जानकारी दे रही ने कि इस हिंसा दे विच तालिबाना का हाथ उपर है, तो तालिबाना की चढ़त है बढ़त है। ये विचकार दोहा दे विच तीन दिन उच्च पदरी बैठक शुरू हो चुकी है। इस बैठक दे विच अफगानिस्तान के मुख्य कार्यकारी अब्दुल्ला अब्दुल्ला वह भी दसे जा रहे हैं, तालिबाना के कुछ लीडर भी दसे जा रहे हैं, संयुक्त राष्ट्र के अधिकारी भी दसे जा रहे हैं, कतर अमरीका बरतानिया यूरोपी यूनियन चीन उज़्बेकिस्तान अते पाकिस्तान के नुमाइंदे भी दसे जा रहे हैं। ता कि किसी मसले के उत्ते इस गल नूं नजिठ लिया जाए कि भाई आओ इहदा रल मिल के हल करिए। अमरीका के विशेष राजदूत जालमे खलीला जाद भी बैठक में दसिया जा रहा है कि मौजूद रहे। ये सारे जंगबंदी चाहते हैं, हिंसा का खात्मा चाहते हैं, क्योंकि आम जिहड़े शहरी ने सिविलियन ने उन्हां दा वड्डे पद्धर ते घाण हो रहा है। जिस तरह मैं तुहानूं दस रहा सी कि इक्को ही शहर दे विच्चों 30,000 दे नेड़े तेड़े परिवार ने जिहड़े हिजरत कर गए है। सो हुण इत्थे खाना जंगी चल रही है। इस चीज़ के डर के कारण बहुत सारे लोग होरनां मुल्कां वल नूं उड़ारियां मारन दीआं कोशिशां कर रहे हैं, पर वेखदे हां कि की आ जिहड़ी तीन दिनां दी उच्च पद्धरी मीटिंग चल रही है कि इहदा कोई नतीजा निकलदा है। पर हल करने पैणगे, गल्लबात करनी पऊ। दरअसल अफगानिस्तान की इस वक्त स्थिति बहुत चिंताजनक बनी हुई है। अगली जिहड़ी खबर है वह दिल्ली वाले पास्यों है। दिल्ली के मुख्यमंत्री अरविंद केजरीवाल ते मनीष सिसोदिया उन्हां दे उत्ते एक केस चल रहा सी, ते तीन साल बाद इन्हां दोवां नूं एक वड्डी राहत मिल गई है। दिल्ली की एक अदालत ने अपने फैसले दे विच इह गल जानकारी दित्ती है, आदेश दित्ता है कि दिल्ली के सबका मुख्य सकत्तर अंशु प्रसाद के नाल जिहड़ी कुटमार हुई सी, कुटमार मामले में अमानतुल्ला खान अते प्रकाश जारवाल नूं छड्ड के बाकी सारे बरी किए जा रहे हैं। अंशु प्रकाश के नाल कुटमार ते बदसलूकी के मामले दे विच दिल्ली के मुख्यमंत्री अरविंद केजरीवाल अते दिल्ली के उप मुख्यमंत्री मनीष सिसोदिया तो इलावा आम आदमी पार्टी के 11 विधायक शामिल सी। शायद तुहानू याद होवे कि फरवरी 2018 दे विच दिल्ली के तत्काली मुख सकत्तर ने दिल्ली के मुख्यमंत्री केजरीवाल आम आदमी पार्टी के विधायकों ते मुख्यमंत्री की रिहायश ते कुटमार करदे दोष लगा दिते सी। ते इस मामले दे विच फिर दिल्ली पुलिस ने चार्जशीट दाखिल कर दिती सी, जिस दे विच होरनां दे इलावा अरविंद केजरीवाल ते मनीष सिसोदिया नूं भी मुलजम बनाया गया सी। ते हुण दिल्ली की एक अदालत ने फैसला सुना दिता है। फैसले तो बाद अरविंद केजरीवाल ने दिल्ली की अदालत दे वल्लों मुख्य सकत्तर दे कुटमार मामले विच दोष मुक्त होने तो बाद सुख का साह लिया। असल दे विच मामला वड्डा सी। जानकारी अनुसार दिल्ली की पटियाला हाउस अदालत ने दिल्ली के तत्काली मुख सकत्तर अंशु प्रकाश के नाल कुटमार करने के दोष के केजरीवाल भी मनीष सिसोदिया भी अते नाल नौ होर विधायक ने जिन्हों बरी कर दिता है। हालांकि अदालत ने इस मामले दे विच आप दे ही दो विधायक ने अमानतुल्ला खान अते प्रकाश जरवाल के खिलाफ चार्जशीट दायर करने के हुक्म भी दिते ने। इहदे तों बाद जिहड़ियां विरोधी धिरां ने उहनां विच कांग्रेस भी उहनां दे विच भारतीय जनता पार्टी भी उन्होंने एक बार फिर तो दबाव बनाउणा शुरू किया कि मामला छोटा नहीं, भावें नौ बरी हो गया है पर दो बंदे वह भी दो विधायक वह भी आम आदमी पार्टी के ने। इस मसले नूं आधार बना के दिल्ली के मुख्यमंत्री अपने अहुदे तों अस्तीफा देण। वैसे एक गल तो होंदी है, छज तां बोले छाननी की बोले। यह चंगा नहीं कि मुख सकत्तर की कुटमार होवे, दोषियों नूं बनदी सख्त तो सख्त सज़ा मिलनी चाहीदी है। पर जिहड़े अस्तीफियां की मंग कर रहे हैं वह दसण कि उन्हां दे राज भाग दे विच कदी इंज नहीं होया। आपां 1984 तो शुरू करिए जां 2002 तो शुरू करिए, 1984 दे विच भारत की राजधानी मची सड़ी बड़ी कि उस वक्त दे प्रधानमंत्री ने अस्तीफा दे दिता सी, उस वक्त दे राष्ट्रपति ने अस्तीफा दे दिता सी, उस वक्त दे मुख्यमंत्री ने अस्तीफा दे दिता सी। गुजरात वाल चक्कर माराओ, गुजरात विच जो कुछ होया मुसलमानां नाल तुहानूं सब नूं पता है कि उस वक्त दे मुख्यमंत्री ने अस्तीफा दे दिता सी। आपां यूपी चक्कर ला लैने हैं,
कि यूपी दे विच जो कुछ हुंदा है ते हो रहा है कि उत्थों दे मुख्यमंत्री ने अस्तीफा दे दिता। तुसी ये पुछो कि गल किहड़े सूबे की करिए ते किहड़े की छड्डीए। बड़ी चमड़ी मोटी है वैसे लोगों की, पर मोटी चमड़ी करन दे विच किते ना किते हाथ लोगों का भी है। अगली जिहड़ी खबर है वह पंजाब दे नाल संबंधित खबर है। पंजाब दे मुख्यमंत्री कैप्टन अमरिंदर सिंह दिल्ली गए हुए है। जानकारी मिली है कि कप्तान साहब ने भारत के प्रधानमंत्री नरेंद्र दमोदर दास मोदी होरां नाल मुलाकात की है। तीन कानून बनाए ने केंद्र सरकार ने बीते साल सितंबर महीने इहदे उत्ते मोहर ला दित्ती गई सी। तो इस मुलाकात दे विच इन्हां कानूनां नूं आधार बना के मुद्दा उठाया कप्तान साहब ने। कैप्टन ने कौमी सुरक्षा के हवाले नाल प्रधानमंत्री मोदी नूं उह तिन्ने खेती कानून रद्द करन दी अपील भी की है, ते नाल उन्होंने किसानों नूं मुफ्त कानूनी सहायता श्रेणी दे विच शामिल करन लई भी केंद्रीय कानून सेवावां अथॉरिटीज़ एक्ट 1987 दे विच सोध करके तुरंत कदम चुकण की अपील भी की है। हुण तुसीं देखो कि सियासतदान करदे की ने, चोणां बहुत नेड़े ने, दो तीन महीनों तो बाद किसी वक्त भी पंजाब दे विच चोण जाबता लग सकता है। हुण तक कैप्टन अमरिंदर सिंह यह दसण के लगभग पंजाब दे विचों इस अंदोलन उठिया नूं साल हो गया, नौ महीने के लगभग तो दिल्ली दीआं बरूहां ते किसानां नूं रुलदिआं नूं हो चुके ने। एक बारी दस दिन कि इस मुद्दे नूं आधार बना के कैप्टन अमरिंदर सिंह किन्नी वार मुलाकात करन वास्ते प्रधानमंत्री मोदी कोल पहुँचे, जां किन्नी वार समय की मंग की, जां बाकी दे सूबिआं दे मुख्यमंत्री भी दसण उन्हां दे अधिकार ते उन्हां दे हक्कां ते डाका मारिया सी कि किन्नियां ने जाके जां इकट्ठियां ने हो के प्रधानमंत्री साहब नूं पुछिआ होवे कि मंत्री आए ने सारे, मुख्यमंत्री आए ने सारे, सारे सूबिआं तों असीं आए हैं, प्रधानमंत्री जी सानूं इह दस दिओ कि संविधान का किहड़ा पन्ना जिहदे ते इह कानून लिखा है कि तुसीं इहदे ते कानून बना सकदे सी, जां उह किहड़ा पन्ना नहीं जिहदे ते इह नहीं लिखा होया कि कानून गैर संविधानक ने। कुछ ना कुछ तो इन्हां दे पल्ले पा के तोड़ दे। चलो खैर, देर बाद गए पर दुरुस्त गए। अगली जिहड़ी खबर है वह भी किसानी अंदोलन दे नाल जुड़ी खबर है, बहुत वड्डी खबर है। भारतीय किसान यूनियन हरियाणा दे विचों किसान आगू ने गुरनाम सिंह चड़ूनी, गुरनाम सिंह चड़ूनी संयुक्त किसान मोर्चे वालों दो बार मुअत्तल भी किए गए। कारण यह सी कि भाई सियासत किसी मसले ते नहीं करनी, किसी सियासी धिर दे नाल मिलना नहीं, किसी सियासी धिर दे नाल बैठना नहीं। एक बारी मीटिंग करे आए सी उस वक्त, तो एक बारी उन्होंने आखण के बाद भी बयान देने नहीं सी हटे कि हाँ चोण लड़नी चाहिए है, चोण लड़नी चाहिए है। मिशन पंजाब उन्होंने शुरू कर दिता, पंजाब दे विच कई दौरे कर लिया, पंजाब दे विच कई फेरियां पा लिया ने। बीते दिनी पंजाब दे संती शहर लुधियाणा दे विच नज़र आए सी जिथे बाप पार्टी बनी है। उस पार्टी के कुछ अहुदेदार ने आख दिता सी कि साढ़े मुख्यमंत्री का चेहरा होणगे गुरनाम सिंह चड़ूनी। गुरनाम सिंह चड़ूनी ने उत्थे तकरीर भी की सी, पर हुण उन्हां नूं उस मसले तो बाद एक बारी फिर वीडियो संदेश जारी करना पिया, वीडियो जारी करनी पई है, अपनी सफाई देनी पई है, स्पष्टीकरण देना पिया है। वो कहिंदे मैं ना तो कोई राजनीतिक पार्टी बनाई है, तो ना ही मैं पंजाब दे विच्चों मुख्यमंत्री का चेहरा है, अते ना ही किसी पार्टी नूं मैं अपना समर्थन दिता है, इत्थों तक कि ना ही मैं पंजाब दे विच्चों चोण लड़नी है, मैं सिर्फ पंजाब दे व्यापारियों नूं समर्थन देने दे वास्ते लुधियाने गया सी। वो कहिंदे मेरा अंदाजा सी कि किसानां दी जिहड़ी स्थिति बनी हुई है इहदियां जिम्मेवार पंजाब दीआं सारियां ही, एक नहीं सारियां ही रवायती पार्टियां ने जिन्हां ने किसानां वास्ते कुछ कीता ही नहीं, जिस कारण किसान अज सड़कां ते धक्के खा रहा है, रुल रहा है। तो असीं पंजाब दीआं रवायती पार्टियां तो पिछा छड़ाउणा चाहुंदे हां। इस वास्ते पिछा छड़ाउण लई व्यापारियां ने एक सम्मेलन किया, उस सम्मेलन विच सद्दा दे दित्ता, उस सम्मेलन दे विच मैं हिस्सा लैण चलिया गया। चड़ूनी साहब ने यह भी कहा कि वह चाहते ने कि पंजाब दे लोक पंचायती लोक अगे आउण, नवें चेहरे राजनीति विच आउण, चंगा काम करन, रवायती पार्टियां तो लोगों का खहड़ा छड़ाउण। मिशन पंजाब की भी गल तुर पई, मिशन पंजाब नूं उह कहिंदे सफल बनाउण दे वास्ते, किसानां दे हक की गल करन दे वास्ते नवें चेहरियां नूं सानूं अगे लिआउणा पऊगा ते लिआउणा चाहीदा। वो कहिंदे पंजाब दे चंगे लोग अगे आउण, ते कहिंदे मैं पंजाब वासियों नूं अपील करदा कि जे चंगे लोग अगे आए तो चंगे लोगों का समर्थन भी किया जाए, जो किसानां दे हक की गल करदे होण उन्हां दा पूरा समर्थन करिए,
ਤਾਂ ਕਿ ਅੰਦੋਲਨ ਨੂੰ ਇੱਕ ਹੋਰ ਨਵੀਂ ਤਾਕਤ ਮਿਲੇ। ਉਹਨਾਂ ਇੱਕ ਵਾਰੀ ਫੇਰ ਕਿਹਾ ਵੀਡੀਓ ਦੇ ਅਖੀਰ 'ਚ, ਕਹਿੰਦੇ ਮੈਂ ਕਦੇ ਵੀ ਨਹੀਂ ਕਿਹਾ ਕਿ ਮੈਂ ਪਾਰਟੀ ਬਣਾਵਾਂਗਾ, ਮੈਂ ਮੁੱਖ ਮੰਤਰੀ ਦਾ ਚਿਹਰਾ ਹੋਵਾਂਗਾ ਜਾਂ ਮੈਂ ਪੰਜਾਬ ਤੋਂ ਚੋਣ ਲੜਾਂਗਾ। ਪਰ ਇੱਥੇ ਇਹ ਗੱਲ ਦੱਸਣ ਵਾਲੀ ਹੈ ਕਿ ਇੱਕ ਨਹੀਂ ਅਨੇਕਾਂ ਮੌਕਿਆਂ 'ਤੇ ਚੜੂਨੀ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਨੂੰ ਚੋਣ ਲੜਨੀ ਚਾਹੀਦੀ ਹੈ। ਪੰਜਾਬ ਦੇ ਵਿੱਚ ਉਹਨਾਂ ਨੇ ਕਈ ਮੀਟਿੰਗਾਂ ਕੀਤੀਆਂ ਅਤੇ ਆਹ ਬਾਪ ਪਾਰਟੀ ਜਿਹਦਾ ਸੰਮੇਲਨ ਲੁਧਿਆਣਾ ਸੀ ਉੱਥੇ ਆ ਗੱਲਾਂ ਚੜੂਨੀ ਸਾਹਿਬ ਦੀ ਹਾਜ਼ਰੀ 'ਚ ਹੋਈਆਂ ਸੀ। ਪਰ ਚੰਗੀ ਗੱਲ ਹੈ, ਚੜੂਨੀ ਸਾਹਿਬ ਕਹਿੰਦੇ ਅਸੀਂ ਕਾਨੂੰਨ ਰੱਦ ਕਰਵਾਉਣੇ ਨੇ ਅਤੇ ਮੋਰਚੇ ਨੂੰ ਸਫਲ ਕਰਨਾ ਹੈ। ਬਹੁਤ ਵਧੀਆ ਅਤੇ ਪਤੇ ਦੀ ਗੱਲ ਕੀਤੀ ਹੈ, ਚੋਣ ਲੜਨੀ ਕੋਈ ਮਾੜੀ ਗੱਲ ਨਹੀਂ। ਪਰ ਬਾਕੀ ਜਥੇਬੰਦੀਆਂ ਇੱਕੋ ਹੀ ਗੱਲ ਦੇ ਉੱਤੇ ਸਹਿਮਤ ਨੇ ਕਿ ਚੋਣਾਂ ਲੜਨਾ ਸੈਕੰਡਰੀ ਕੰਮ ਹੈ, ਪ੍ਰਾਇਓਰਟੀ ਕੀ ਹੈ ਕਿ ਇਸ ਵਕਤ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਾਂ, ਆਪਾਂ ਕਾਨੂੰਨਾਂ 'ਤੇ ਲੀਕ ਮਰਵਾਈਏ, ਕਾਨੂੰਨ ਰੱਦ ਹੋ ਗਏ, ਅਗਲਾ ਦੇਖਾਂਗੇ ਕਿ ਸਟੈਪ ਕਿਹੜਾ ਚੁੱਕਣਾ। ਹੁਣ ਚੜੂਨੀ ਸਾਹਿਬ ਨੇ ਵੀ ਆਪਣਾ ਸਪਸ਼ਟੀਕਰਨ ਦੇ ਦਿੱਤਾ, ਚੰਗੀ ਗੱਲ ਹੈ ਕਿ ਗੱਲ ਸਾਫ਼ ਕਰ ਦਿੱਤੀ। ਅਗਲੀ ਖਬਰ ਪੰਜਾਬੀਆਂ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ ਬਹੁਤ ਵੱਡੀ ਖਬਰ ਹੈ, ਅਹਿਮ ਖਬਰ ਹੈ। ਇਸ ਮਸਲੇ ਦੇ ਉੱਤੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਹੈ ਆਮ ਆਦਮੀ ਪਾਰਟੀ। ਆਪ ਨੇ ਵੀ ਪੰਜਾਬ ਦੀ ਸੱਤਾਧਾਰੀ ਧਿਰ ਕਾਂਗਰਸ ਨੂੰ ਚੰਗੇ ਹੱਥੀਂ ਆੜੇ ਹੱਥੀਂ ਲਿਆ, ਕਿਉਂਕਿ ਕਾਂਗਰਸ ਦੇ ਵੱਲੋਂ ਜਿਹੜਾ RTI ਕਾਨੂੰਨ ਸੀ ਜਾਂ ਐਕਟ ਆਖਾਂ ਮੈਂ, ਸੂਚਨਾ ਪ੍ਰਾਪਤ ਕਰਨ ਦਾ ਇੱਕ ਅਧਿਕਾਰ ਸੀ, ਇੱਕ ਐਕਟ ਸੀ, ਉਹਦਾ ਦਾਇਰਾ ਘਟਾ ਦਿੱਤਾ, ਉਹਦੀ ਸੰਘੀ ਘੁੱਟ ਦਿੱਤੀ ਹੈ। ਦਾਇਰਾ ਘਟਾ ਕੇ ਕੀਤੀਆਂ ਸੋਧਾਂ ਨੂੰ ਲੋਕ ਪੱਖੀ ਕਾਨੂੰਨ ਦੀ ਹੱਤਿਆ ਗਰਦਾਨੇ ਹੈ, ਲੋਕਾਂ ਦੇ ਹੱਕ 'ਤੇ ਡਾਕਾ ਕਰਾਰ ਗਰਦਾਨੇ ਹੈ। ਇਹਨਾਂ ਸੋਧਾਂ ਦਾ ਤਿੱਖਾ ਵਿਰੋਧ ਕੀਤਾ ਆਮ ਆਦਮੀ ਪਾਰਟੀ ਨੇ। ਆਪ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਨੇ ਕੁਲਤਾਰ ਸਿੰਘ ਸੰਧਵਾਂ ਸਾਹਿਬ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਬੀਬੀ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੋਂ ਵੀ ਇਸ ਮਸਲੇ 'ਤੇ ਸਪਸ਼ਟੀਕਰਨ ਮੰਗਿਆ। ਅਤੇ ਨਾਲ ਇੰਨਾ ਹੀ ਨਹੀਂ, ਨਵੇਂ ਨਵੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ ਵੀ ਪੁੱਛਿਆ ਕਿ ਕੀ ਲੋਕਾਂ ਤੋਂ ਹੱਕ ਖੋਣਾ ਹੀ ਕਾਂਗਰਸ ਦਾ ਪੰਜਾਬ ਮਾਡਲ ਹੈ, ਜਵਾਬ ਦਿਓ। ਸੰਧਵਾਂ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਨਾਲ ਉਹਨਾਂ ਦੇ ਪਾਰਟੀ ਦੇ ਬੁਲਾਰੇ ਵੀ ਸੀ ਅਤੇ RTI ਕਾਰਕੁਨ ਐਡਵੋਕੇਟ ਦਿਨੇਸ਼ ਚੱਡਾ ਵੀ ਸੀ ਅਤੇ ਨਾਲ ਹੀ ਨੀਲ ਗਰਗ ਇਸ ਮੁੱਦੇ ਦੇ ਉੱਤੇ ਮੀਡੀਆ ਦੇ ਰੂਬਰੂ ਹੋਏ। ਸੰਧਵਾਂ ਸਾਹਿਬ ਨੇ ਕਿਹਾ ਕਿ ਸੂਚਨਾ ਪ੍ਰਾਪਤੀ ਅਧਿਕਾਰ ਕਾਨੂੰਨ ਲਾਗੂ ਹੋਣ ਨਾਲ ਭਾਰਤ ਦੇ ਲੋਕ ਕਾਫੀ ਤਾਕਤਵਰ ਹੋ ਗਏ ਸੀ, ਉਹ ਸਿਆਸੀ ਆਗੂਆਂ ਸਮੇਤ ਸਰਕਾਰੀ ਅਧਿਕਾਰੀਆਂ ਦੇ ਕਾਲੇ ਚਿੱਟੇ ਕਾਰਨਾਮਿਆਂ ਦੀ ਜਾਣਕਾਰੀ ਵੀ ਪ੍ਰਾਪਤ ਕਰ ਲੈਂਦੇ ਸੀ ਅਤੇ ਪ੍ਰਾਪਤ ਕਰਨ ਵਿੱਚ ਲੱਗੇ ਵੀ ਹੋਏ ਸੀ, ਜਿਹਦੇ ਤੋਂ ਡਰ ਕੇ ਕਾਂਗਰਸ ਸਰਕਾਰ ਨੇ ਸੂਚਨਾ ਪ੍ਰਾਪਤੀ ਕਾਨੂੰਨ ਦੇ ਵਿੱਚ ਕੋਝੀਆਂ ਸੋਧਾਂ ਕਿਹਾ ਉਹਨਾਂ ਨੇ, ਕਹਿੰਦੇ ਕੋਝੀਆਂ ਸੋਧਾਂ ਕਰਕੇ ਪੰਜਾਬ ਸਮੇਤ ਦੇਸ਼ ਦੇ ਲੋਕਾਂ ਨੂੰ ਅਸਹਿ ਅਤੇ ਲਾਚਾਰ ਬਣਾ ਕੇ ਰੱਖ ਦਿੱਤਾ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਆਪਣੇ ਭ੍ਰਿਸ਼ਟ ਮੰਤਰੀਆਂ ਅਧਿਕਾਰੀਆਂ ਜਿਹੜੇ ਉਹ ਕੁਕਰਮ ਕਰਦੇ ਹੈ ਉਹਨਾਂ 'ਤੇ ਪਰਦਾ ਪਾਉਣ ਦੇ ਵਾਸਤੇ ਅਜਿਹੇ ਲੋਕ ਵਿਰੋਧੀ ਫੈਸਲੇ ਲਾਗੂ ਕਰ ਰਹੀ ਹੈ। ਕਾਰਨ ਕੀ ਹੈ? ਕਿਉਂਕਿ RTI ਜਿਹੜਾ ਕਾਨੂੰਨ ਹੈ, ਕਾਨੂੰਨ ਦੀਆਂ ਨਵੀਆਂ ਸੋਧਾਂ ਜਦੋਂ ਲਾਗੂ ਹੋ ਗਈਆਂ, ਲਾਗੂ ਹੋਣ ਦੇ ਨਾਲ ਭਵਿੱਖ ਦੇ ਵਿੱਚ ਕਿਸੇ ਵੀ ਵਿਅਕਤੀ ਦੀ ਪੇਸ਼ੇਵਰ ਸੂਚਨਾ ਨਾਲ ਸੰਬੰਧਿਤ ਕੋਈ ਰਿਕਾਰਡ ਨਹੀਂ ਪ੍ਰਾਪਤ ਕੀਤਾ ਜਾ ਸਕਦਾ, ਉਹਦੀ ਯੋਗਤਾ ਬਾਰੇ ਨਹੀਂ ਪੁੱਛਿਆ ਜਾ ਸਕਦਾ, ਉਹਦਾ ਮੈਡੀਕਲ ਰਿਕਾਰਡ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਉਹਨੇ ਕਿੱਥੇ ਜਾ ਕੇ ਕਦੋਂ ਇਲਾਜ ਕਰਵਾਇਆ, ਕਿਹੜੀਆਂ ਦਵਾਈਆਂ ਲਈਆਂ, ਕਿਹੜੇ ਹਸਪਤਾਲ ਵਿੱਚ ਗਏ, ਕੋਈ ਸੂਚੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਹ ਨਵੇਂ ਕਾਨੂੰਨ ਦੇ ਨਾਲ ਸੋਧਾਂ ਦੇ ਨਾਲ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਨਹੀਂ ਲਈ ਜਾ ਸਕਦੀ। ਇਹਦੇ ਤੋਂ ਇਲਾਵਾ ਨੌਕਰੀ ਦੀ ਗੁਪਤ ਰਿਪੋਰਟ ਨਹੀਂ ਲਈ ਜਾ ਸਕਦੀ, ਕਾਰਗੁਜ਼ਾਰੀ ਦੀ ਰਿਪੋਰਟ ਭਾਵ ਰਿਪੋਰਟ ਕਾਰਡ ਨਹੀਂ ਮੰਗਿਆ ਜਾ ਸਕਦਾ, ਅਤੇ ਨੌਕਰੀਆਂ ਆਦਿ ਜਿਹੜੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਉਹਦੀਆਂ ਉੱਤਰ ਕਾਪੀਆਂ ਦੀ ਜਾਣਕਾਰੀ ਦੇਣ 'ਤੇ ਵੀ ਰੋਕ ਲਾ ਦਿੱਤੀ ਹੈ ਇਸ ਨਵੀਂ ਸੋਧ ਦੇ ਨਾਲ। ਉਹਨਾਂ ਇਹ ਵੀ ਕਿਹਾ ਕਿ 4.5 ਸਾਲਾਂ ਦੌਰਾਨ ਇੱਕ ਵੀ ਭਰਤੀ ਨਾ ਕਰਨ ਵਾਲੀ ਕਾਂਗਰਸ ਸਰਕਾਰ ਨੇ ਆਉਣ ਵਾਲੀਆਂ ਚੋਣਾਂ ਨੂੰ ਨੇੜੇ ਦੇਖਦਿਆਂ ਵੱਖ ਵੱਖ ਅਸਾਮੀਆਂ 'ਤੇ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਖਦਸ਼ਾ ਪੈਦਾ ਹੁੰਦਾ ਹੈ ਕਿ ਪਟਵਾਰੀਆਂ, ਪੁਲਿਸ ਵਾਲਿਆਂ, ਅਧਿਆਪਕਾਂ ਜਾਂ ਹੋਰ ਜਿਹੜੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਨੌਕਰੀਆਂ ਦੇ ਵਿੱਚ ਘਪਲੇਬਾਜ਼ ਦੀ ਮਨਸ਼ਾ ਪੰਜਾਬ ਕਾਂਗਰਸ ਦੀ। ਇਸੇ ਕਰਕੇ ਕਾਂਗਰਸ ਸਰਕਾਰ ਨੇ ਜਿਹੜੀ RTA ਐਕਟ ਦੇ ਵਿੱਚ ਸੋਧਾਂ ਕਰਨ ਦਾ ਇੱਕ ਘਾਤਕ ਫੈਸਲਾ ਲੋਕਾਂ ਦੇ ਉੱਤੇ ਥੋਪ ਦਿੱਤਾ ਹੈ। ਨਾਲ ਉਹਨਾਂ ਦੇ ਨੌਜਵਾਨ ਆਗੂ ਐਡਵੋਕੇਟ ਦਿਨੇਸ਼ ਚੱਡਾ ਵੀ ਸੀ। ਚੱਡਾ ਸਾਹਿਬ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਪਰਸਨਲ ਇਨਫੋਰਮੇਸ਼ਨ ਭਾਵ ਨਿੱਜੀ ਜਾਣਕਾਰੀ ਦੇ ਨਾਂ 'ਤੇ ਆਪਣੀ ਕਾਰਗੁਜ਼ਾਰੀ ਦਾ ਸੱਚ ਲੋਕਾਂ ਦੇ ਸਾਹਮਣੇ ਨਾ ਜਾਵੇ, ਪੰਜਾਬੀਆਂ ਤੋਂ ਛੁਪਾਉਣ ਦਾ ਯਤਨ ਕਰ ਰਹੀ ਹੈ। ਉਹ ਕਹਿੰਦੇ ਸੱਚ 'ਤੇ ਪਰਦੇ ਨਹੀਂ ਪੈਂਦੇ, ਪਰ ਸੱਚ 'ਤੇ ਪਰਦੇ ਪਾਉਣ ਦੇ ਕੁਝ ਯਤਨ ਕੀਤੇ ਜਾ ਰਹੇ ਨੇ।
ਉਹ ਕਹਿੰਦੇ ਮੀਡੀਆ ਪ੍ਰਤੀਨਿਧਾਂ ਨੂੰ ਵੀ ਅੱਗੇ ਆ ਕੇ ਆਰ ਟੀ ਆਈ ਐਕਟ ਦੀ ਰੱਖਿਆ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਆ ਉਸੇ ਮਸਲੇ ਦੇ ਵਿੱਚ ਅਸੀਂ ਕੱਲ੍ਹ ਵੀ ਖਬਰ ਦਿੱਤੀ ਸੀ, ਅੱਜ ਇੱਕ ਵਾਰੀ ਫੇਰ ਤੁਹਾਨੂੰ ਚਾਨਣ ਕਰ ਰਹੇ ਹਾਂ ਕਿ ਤੁਹਾਡੇ ਹੱਕ 'ਤੇ ਡਾਕਾ ਪੈ ਗਿਆ। ਅਤੇ ਸਭ ਤੋਂ ਵੱਡੀ ਗੱਲ ਇਹ ਕਿ ਸਾਲ 2005 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਤਾਂ ਇਸ ਕਾਨੂੰਨ ਨੂੰ ਹਰੀ ਝੰਡੀ ਦਿੱਤੀ ਸੀ, ਆਪੇ ਹੀ ਇਹਨਾਂ ਦੀ ਪਾਰਟੀ ਨੇ ਕਾਨੂੰਨ ਬਣਾਇਆ ਅਤੇ ਆਪੇ ਹੀ ਹੁਣ ਸੰਘੀ ਨੱਪ ਰਹੇ ਨੇ। ਇਹਨਾਂ ਆਗੂਆਂ ਨੇ ਮੰਗ ਕੀਤੀ ਹੈ ਕਿ ਕੈਪਟਨ ਸਰਕਾਰ ਅਤੇ ਠੋਕੋ ਤਾੜੀ ਵਾਲੀ ਸਰਕਾਰ ਆਰ ਟੀ ਆਈ ਐਕਟ ਦੀਆਂ ਲੋਕ ਮਾਰੂ ਸੋਧਾਂ ਨੂੰ ਤੁਰੰਤ ਵਾਪਸ ਲਵੇ। ਜੇ ਕਹਿੰਦੇ ਸੋਧਾਂ ਨੂੰ ਵਾਪਸ ਨਾ ਲਿਆ ਤਾਂ ਉਹਨਾਂ ਦੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਵਿੱਢ ਦੇਵੇਗੀ। ਪਰ ਇੱਕੋ ਹੀ ਪਾਰਟੀ ਸੰਘਰਸ਼ ਕਿਉਂ ਵਿੱਢੇ, ਇਹਦੇ 'ਤੇ ਟਿੱਪਣੀ ਤਾਂ ਇਹ ਬਣਦੀ ਹੈ ਕਿ ਲੋਕਾਂ ਦੇ ਹੱਕ 'ਤੇ ਡਾਕਾ ਪਿਆ। ਜੇਕਰ ਇਹ ਐਕਟ ਨਾ ਹੁੰਦਾ ਤਾਂ ਅੱਜ ਸਾਨੂੰ ਇਹ ਪਤਾ ਨਹੀਂ ਸੀ ਹੋਣਾ ਜੋ ਬੀਤੇ ਦਿਨੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਸਾਰੀਆਂ ਹੀ ਪਾਰਟੀਆਂ ਦੇ ਵਿਧਾਇਕ ਨੇ ਜਿਨ੍ਹਾਂ ਦੀ ਗਿਣਤੀ 93 ਦੱਸੀ ਗਈ ਸੀ ਕਿ ਉਹਨਾਂ ਦਾ ਟੈਕਸ ਭਾਈ ਤੁਸੀਂ ਭਰ ਰਹੇ ਹੋ, ਤੁਹਾਡੀਆਂ ਜੇਬਾਂ 'ਚੋਂ ਜਾਂਦਾ। ਇੱਕ ਨਹੀਂ ਅਨੇਕਾਂ ਮੌਕਿਆਂ 'ਤੇ ਪਤਾ ਲੱਗਦਾ ਜਦੋਂ ਆਰ ਟੀ ਆਈ ਪਾਉਂਦੇ ਹਾਂ ਕਿ ਕਿਹਨੂੰ ਕਿੰਨੀ ਤਨਖਾਹ, ਕਿੰਨੇ ਭੱਤੇ, ਕਿਹੜਾ ਕਿੱਥੇ ਜਾ ਕੇ ਇਲਾਜ ਕਰਵਾਇਆ ਅਤੇ ਖਜ਼ਾਨੇ 'ਚੋਂ ਕਿੰਨੇ ਪੈਸੇ ਦਿੱਤੇ ਗਏ। ਜਦੋਂ ਹੁਣ ਇਹ ਸੋਧਾਂ ਹੋ ਗਈਆਂ ਤਾਂ ਭੁੱਲ ਜਾਓ ਕਿ ਇਹ ਤੁਸੀਂ ਸਭ ਕੁਝ ਪ੍ਰਾਪਤ ਕਰ ਸਕੋਗੇ। ਇਸ ਵਾਸਤੇ ਇਕੱਲੀ ਆਮ ਆਦਮੀ ਪਾਰਟੀ ਨਹੀਂ, ਸਾਰੀਆਂ ਵਿਰੋਧੀ ਧਿਰਾਂ ਅਤੇ ਸਮੁੱਚੇ ਪੰਜਾਬੀਆਂ ਨੂੰ ਇਹਦੇ ਉੱਤੇ ਸੰਘਰਸ਼ ਵਿੱਢਣ ਦਾ ਐਲਾਨ ਕਰਨਾ ਚਾਹੀਦਾ ਕਿ ਫੌਰੀ ਤੌਰ 'ਤੇ ਵਾਪਸ ਲਓ। ਅਗਲੀ ਖਬਰ ਹੈ, ਵੈਸੇ ਕੋਈ ਪਹਿਲੀ ਖਬਰ ਨਹੀਂ ਕਿ ਕਿਸੇ ਐੱਨ ਆਰ ਆਈ ਦੇ ਨਾਲ ਠੱਗੀ ਹੋਈ ਹੋਵੇ, ਪਰ ਸੱਚਮੁੱਚ ਇਸ ਠੱਗੀ ਦਾ ਪਰਦਾਫਾਸ਼ ਹੋਇਆ। ਠੱਗੀ ਕਰੋੜਾਂ ਦੀ ਹੈ। ਰਾਜਪੁਰਾ ਦੇ ਨੇੜੇ ਪੈਂਦਾ ਪਿੰਡ ਢਕਾਂਸੂ ਅਤੇ ਪਹਿਰ, ਇਹ ਦੋਵਾਂ ਪਿੰਡਾਂ ਦੇ ਵਿੱਚ ਜਾਣਕਾਰੀ ਦੇ ਅਨੁਸਾਰ ਇੱਕ ਵਿਅਕਤੀ ਨਾਲ, ਇੱਕ ਕਿਸਾਨ ਨਾਲ, ਇੱਕ ਐੱਨ ਆਰ ਆਈ ਨਾਲ ਕਰੋੜਾਂ ਰੁਪਏ ਦੀ ਠੱਗੀ ਹੋ ਗਈ, ਜ਼ਮੀਨ ਹੜੱਪ ਲਈ ਗਈ। ਅਤੇ ਜ਼ਮੀਨ ਹੜੱਪਣ ਦੀ ਨੀਤ ਦੇ ਨਾਲ ਨੌਜਵਾਨ ਦੇ ਵੱਲੋਂ ਅਮਰੀਕਾ ਰਹਿੰਦੇ ਅਸਲ ਮਾਲਕਾਂ ਨੂੰ ਮਰਿਆ ਹੋਇਆ ਸਾਬਤ ਕਰ ਦਿੱਤਾ। ਹੁਣ ਤੁਸੀਂ ਦੇਖੋ ਕਿ ਮਰਿਆ ਸਾਬਤ ਕਿਵੇਂ ਹੁੰਦਾ, ਉਹਦਾ ਡੈਥ ਸਰਟੀਫਿਕੇਟ ਵੀ ਚਾਹੀਦਾ। ਉਹਦੇ ਵਾਸਤੇ ਜਾਅਲੀ ਦਸਤਾਵੇਜ਼ਾਂ ਦਾ ਸਹਾਰਾ ਲਿਆ ਅਤੇ ਉਹਨਾਂ ਦਾ ਇਕਲੌਤਾ ਵਾਰਸ ਦੱਸ ਕੇ ਵਿਰਾਸਤੀ ਇੰਤਕਾਲ ਆਪਣੇ ਨਾ ਕਰਵਾਉਣ ਦੇ ਮਾਮਲੇ ਦੇ ਵਿੱਚ ਪੀੜਿਤ ਐੱਨ ਆਰ ਆਈ ਦੇ ਪਿਤਾ ਦੇ ਵੱਲੋਂ ਐੱਸ ਐੱਸ ਪੀ ਪਟਿਆਲਾ ਨੂੰ ਵੀ, ਐੱਸ ਡੀ ਐੱਮ ਰਾਜਪੁਰਾ ਨੂੰ ਵੀ ਅਤੇ ਤਹਿਸੀਲਦਾਰ ਰਾਜਪੁਰਾ ਨੂੰ ਵੀ ਇੱਕ ਸ਼ਿਕਾਇਤ ਭੇਜੀ ਗਈ ਹੈ। ਸ਼ਿਕਾਇਤ ਭੇਜ ਕੇ ਇਨਸਾਫ ਦੀ ਮੰਗ ਵੀ ਕੀਤੀ ਗਈ ਹੈ ਅਤੇ ਧੋਖਾਧੜੀ ਮਾਮਲੇ ਦੇ ਵਿੱਚ ਜਿਹੜੇ ਸ਼ਾਮਲ ਵਿਅਕਤੀ ਨੇ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਕਰਮ ਸਿੰਘ ਪਿੰਡ ਢਕਾਂਸੂ ਕਲਾਂ, ਜੋ ਅੱਜ ਕੱਲ੍ਹ ਫੋਕਲ ਪੁਆਇੰਟ ਦੇ ਵਿੱਚ ਰਹਿੰਦੀ ਹੈ, ਉਹਨਾਂ ਨੇ ਇਹ ਸ਼ਿਕਾਇਤ ਭੇਜੀ ਹੈ ਕਿ ਉਸਦਾ ਲੜਕਾ ਲਖਵਿੰਦਰ ਸਿੰਘ, ਉਹਨਾਂ ਦੀ ਪਤਨੀ ਹਰਜੀਤ ਕੌਰ, ਪੋਤਰਾ ਮਨਪ੍ਰੀਤ ਸਿੰਘ ਅਤੇ ਇੱਕ ਹੋਰ ਲੜਕਾ ਅਤੇ ਲੜਕੀ ਬੀਤੇ ਲੰਬੇ ਸਮੇਂ ਤੋਂ ਪੰਜਾਬ 'ਚ ਨਹੀਂ ਸਗੋਂ ਅਮਰੀਕਾ 'ਚ ਰਹਿ ਰਹੇ ਨੇ, ਜਿਸ 'ਤੇ ਇੱਕ ਨਕਲੀ ਮਨਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਉਸ 'ਤੇ ਲੜਕੇ ਲਖਵਿੰਦਰ ਸਿੰਘ ਅਤੇ ਉਸਦੀ ਪਤਨੀ ਹਰਜੀਤ ਕੌਰ ਨੂੰ ਮ੍ਰਿਤਕ ਦਿਖਾ ਕੇ ਲਖਵਿੰਦਰ ਸਿੰਘ ਦੀ ਦੇਖੋ ਕਮਾਲ ਕਰ ਦਿੱਤੀ ਬੰਦੇ ਨੇ। ਲਖਵਿੰਦਰ ਸਿੰਘ ਦੇ ਮੌਤ ਦਾ ਡੈਥ ਸਰਟੀਫਿਕੇਟ ਉਹ ਵੀ ਬਣਾ ਲਿਆ ਅਤੇ ਉਹ ਡੈਥ ਸਰਟੀਫਿਕੇਟ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਬਣਵਾਇਆ ਅਤੇ ਉਹਦੇ ਪੋਤਰੇ ਮਨਪ੍ਰੀਤ ਸਿੰਘ ਦਾ ਨਾਮ ਰਾਜਪੁਰਾ ਦੇ ਸ਼ਹੀਦ ਭਗਤ ਸਿੰਘ ਕਲੋਨੀ ਦੇ ਵਿੱਚ ਪੱਕਾ ਪਤਾ ਦਿੱਤਾ ਅਤੇ ਫਿਰ ਆਧਾਰ ਕਾਰਡ ਵੀ ਬਣਵਾਇਆ ਉਸ ਨਾਂ ਦੇ ਉੱਤੇ। ਇਹਦੇ ਤੋਂ ਬਾਅਦ ਇਸ ਨਕਲੀ ਮਨਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਇਕਲੌਤਾ ਵਾਰਸ ਦੱਸਿਆ। ਪਿੰਡ ਪਹਿਰ ਦੇ ਨੇੜੇ ਪੈਂਦੀ ਆ ਲਗਭਗ 3.5 ਏਕੜ ਜ਼ਮੀਨ ਅਤੇ ਪਿੰਡ ਢਕਾਂਸੂ ਰੋਡ 'ਤੇ ਲਗਭਗ 8 ਵਿਘੇ ਜ਼ਮੀਨ, ਜਿਨ੍ਹਾਂ ਦੀ ਕੀਮਤ ਕਰਮ ਸਿੰਘ ਦੇ ਦੱਸਣ ਮੁਤਾਬਕ ਕਰੋੜਾਂ ਰੁਪਏ ਬਣਦੀ ਹੈ। ਉਹਨੂੰ ਹੜੱਪਣ ਦੀ ਨੀਤ ਦੇ ਨਾਲ ਇਕਲੌਤਾ ਵਾਰਸ ਹੋਣ ਦਾ ਜਾਅਲੀ ਹਲਫੀਆ ਬਿਆਨ ਦਿੱਤਾ। ਡੈਥ ਸਰਟੀਫਿਕੇਟ ਲਖਵਿੰਦਰ ਸਿੰਘ ਦਾ ਇਹ ਕੁਝ ਜਾਅਲੀ ਦਸਤਾਵੇਜ਼ ਦਿੱਤੇ ਅਤੇ ਇਹਨਾਂ ਜਾਅਲੀ ਦਸਤਾਵੇਜ਼ਾਂ ਦੇ ਨਾਲ ਕੁਰਸੀਨਾਮਾ ਤਿਆਰ ਕਰਵਾ ਕੇ ਵਿਰਾਸਤੀ ਇੰਤਕਾਲ ਆਪਣੇ ਨਾਂ ਕਰਵਾ ਲਿਆ। ਹੁਣ ਪੂਰਾ ਮਾਮਲਾ ਦਰਅਸਲ ਕਿਵੇਂ ਪਤਾ ਲੱਗਿਆ, ਕਿਉਂਕਿ ਕਿਸੇ ਦਾ ਡੈਥ ਸਰਟੀਫਿਕੇਟ ਵੀ ਬਣਾ ਲਿਆ ਜਾਵੇ, ਕਿਸੇ ਦੇ ਨਾਂ ਦੇ ਉੱਤੇ ਆਧਾਰ ਕਾਰਡ ਵੀ ਬਣਾ ਲਿਆ ਜਾਵੇ, ਪਰ ਉਹਨੂੰ ਕੋਈ ਨਾ ਕੋਈ ਤਸਦੀਕ ਵੀ ਤਾਂ ਕਰਦਾ ਹੈ, ਕਿਸੇ ਨਾ ਕਿਸੇ ਦੀ ਗਵਾਹੀ ਵੀ ਤਾਂ ਪੈਂਦੀ ਹੈ, ਪਟਵਾਰੀ ਵੀ ਉੱਥੇ ਸ਼ਾਮਲ ਹੁੰਦਾ ਹੈ। ਇਸ ਕਰਕੇ ਮਿਲੀ ਭੁਗਤ ਕਰਕੇ ਹੋਇਆ। ਸ਼ਿਕਾਇਤ ਕੀਤੀ ਹੈ ਕਰਮ ਸਿੰਘ ਨੇ, ਉਹਨਾਂ ਨੇ ਦੱਸਣ ਦੇ ਮੁਤਾਬਕ ਲੜਕਾ ਲਖਵਿੰਦਰ ਸਿੰਘ, ਉਹਨਾਂ ਦੀ ਪਤਨੀ ਹਰਜੀਤ ਕੌਰ ਜਿਉਂਦੇ ਹੈ, ਜਿਉਂਦੇ ਜਾਗਦੇ ਅਤੇ ਅਮਰੀਕਾ 'ਚ ਰਹਿੰਦੇ ਆ ਅਤੇ ਆਪਣੇ ਲੜਕੇ ਮਨਪ੍ਰੀਤ ਸਿੰਘ ਅਤੇ ਦੋ ਹੋਰ ਬੱਚੀਆਂ ਦੇ ਨਾਲ ਰਹਿ ਰਹੇ ਨੇ। ਜਿਹੜੀ ਸ਼ਿਕਾਇਤ ਕਰਮ ਸਿੰਘ ਹੋਰਾਂ ਨੇ ਦੱਸੀ ਹੈ ਕਿ ਇਸ ਮਾਮਲੇ ਦੇ ਵਿੱਚ ਇੰਤਕਾਲਾਂ ਦੇ ਉੱਤੇ ਲਖਵਿੰਦਰ ਸਿੰਘ ਦੇ ਮਰੇ ਹੋਣ ਸੰਬੰਧੀ
ਵਾਰਸਾਂ ਦੀ ਸ਼ਨਾਖਤ ਸਰਬਜੀਤ ਸਿੰਘ ਸਿੱਧੂ ਨੰਬਰਦਾਰ ਟਕਾਂਸੂ ਕਲਾਂ ਤਹਿਸੀਲ ਰਾਜਪੁਰਾ ਨੇ ਕੀਤੀ। ਨੰਬਰਦਾਰ ਸਾਹਿਬ ਦਾ ਹੱਥ ਹੈ, ਉਹ ਤਾਂ ਜਾਣਦਾ ਹੋਊਗਾ। ਉਹਦੇ ਤੋਂ ਬਾਅਦ ਜਿਹੜੇ ਸੰਬੰਧਿਤ ਜਾਲੀ ਮਨਪ੍ਰੀਤ ਸਿੰਘ ਦੇ ਨਾਂ 'ਤੇ ਇੰਤਕਾਲ ਮਨਜ਼ੂਰ ਹੋਇਆ, ਦਰਜ ਵੀ ਹੋ ਗਏ। ਜੇਕਰ ਕਹਿੰਦੇ ਉਹ ਨੰਬਰਦਾਰ ਆ ਉਹਦੇ 'ਤੇ ਸਹੀ ਨਾ ਪਾਉਂਦਾ ਕਿ ਬਿਲਕੁਲ ਉਹੀ ਬੰਦਾ ਤਾਂ ਹੋਣਾ ਨਹੀਂ ਸੀ। ਫਿਰ ਹੁਣ ਗੱਲ ਆਉਂਦਾ ਪਟਵਾਰੀ ਕਿੱਥੇ ਗਿਆ? ਪਟਵਾਰੀ ਨੇ ਵੀ ਧੋਖੇ ਦੇ ਵਿੱਚ ਰੱਖਿਆ ਹੋਣਾ ਜਾਂ ਫਿਰ ਪਟਵਾਰੀ ਨੂੰ ਧੋਖੇ 'ਚ ਰੱਖਿਆ ਹੋਣਾ, ਕਿਉਂਕਿ ਹੁਣ ਇਹਦੀ ਜਾਂਚ ਹੋਊਗੀ। ਜਦੋਂ ਹੁਣ ਨੰਬਰਦਾਰ ਵੀ ਰਲ ਗਿਆ, ਇੱਕ ਬੰਦਾ ਜਾਲੀ ਵੀ ਖੜ ਗਿਆ ਅਤੇ ਇਕਲੌਤਾ ਵਾਰਸ ਦੱਸਦਾ। ਇਸ ਸੰਬੰਧੀ ਜਦੋਂ ਨੰਬਰਦਾਰ ਸਰਬਜੀਤ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਭਾਵੇਂ ਦਸਤਖਤ ਤਾਂ ਉਹਨਾਂ ਦੇ ਨੇ, ਆਹ ਜਿਹੜੀ ਘੁੱਗੀ ਮਾਰੀ ਹੋਈ ਤਾਂ ਮੇਰੀ ਹੈ, ਪਰ ਇਸ ਸੰਬੰਧੀ ਹਲਕਾ ਪਟਵਾਰੀ ਦੇ ਵੱਲੋਂ ਧੋਖੇ ਨਾਲ ਉਹਦੇ ਤੋਂ ਦਸਤਖਤ ਕਰਵਾਏ ਗਏ ਨੇ। ਭਲਾ ਇਹ ਕਿਵੇਂ ਹੋ ਸਕਦਾ? ਪਟਵਾਰੀ ਨੂੰ ਤਾਂ ਧੋਖੇ 'ਚ ਲਿਆ ਜਾ ਸਕਦਾ। ਇਹਨਾਂ 'ਚੋਂ ਇੱਕ ਬੰਦਾ ਨਹੀਂ, ਦੋ ਤਿੰਨ ਬੰਦੇ ਰਲੇ ਹੋਏ ਨੇ ਜਾਂ ਸਾਰੀ ਝੂਠ ਬੋਲ ਰਹੇ ਨੇ। ਨੰਬਰਦਾਰ ਸਾਹਿਬ ਕਹਿੰਦੇ ਆ ਕਿ ਪਟਵਾਰੀ ਨੇ ਮੈਨੂੰ ਧੋਖੇ 'ਚ ਰੱਖ ਕੇ ਦਸਤਖਤ ਕਰਵਾ ਲਿਆ। ਹੁਣ ਤੁਹਾਡੇ ਪਿੰਡ ਦਾ ਬੰਦਾ ਪਟਵਾਰੀ ਤੁਹਾਡੇ ਤੋਂ ਕਿਵੇਂ ਧੋਖਾ ਕਰਵਾ ਲੂ? ਖੈਰ, ਨੰਬਰਦਾਰ ਸਾਹਿਬ ਦੇ ਦੱਸਣ ਦੇ ਮੁਤਾਬਕ ਪਟਵਾਰੀ ਨੇ ਧੋਖੇ ਨਾਲ ਦਸਤਖਤ ਕਰਵਾਏ, ਕਿਉਂਕਿ ਜਿਹੜੀ ਇਹ ਜ਼ਮੀਨ ਆ, ਕਹਿੰਦੇ ਜ਼ਮੀਨ ਦਾ ਇੰਤਕਾਲ ਕਰਵਾਉਣ ਸੰਬੰਧੀ ਸਾਰੇ ਦੇ ਸਾਰੇ ਦਸਤਾਵੇਜ਼ ਹਲਕਾ ਪਟਵਾਰੀ ਕੋਲ ਜਮ੍ਹਾਂ ਕਰਵਾਏ ਹੋਏ ਸੀ। ਇਸ ਤੋਂ ਇਲਾਵਾ ਜ਼ਮੀਨ ਦੇ ਇੰਤਕਾਲ ਵਿੱਚ ਪਿੰਡ ਪਹਿਰ ਦਾ ਹਵਾਲਾ ਵੀ ਹੈ, ਜਦਕਿ ਉਹ ਤਾਂ ਪਿੰਡ ਟਕਾਂਸੂ ਕਲਾਂ ਦਾ ਨੰਬਰਦਾਰ ਹੈ। ਉਹ ਇਸ ਸੰਬੰਧੀ ਜਦੋਂ ਪੁੱਛਗਿੱਛ ਕੀਤੀ ਗਈ, ਉਹ ਕਹਿੰਦੇ ਮੇਰੇ ਤੋਂ ਤੁਸੀਂ ਪੁੱਛਿਆ, ਮੈਂ ਤੁਹਾਨੂੰ ਦੱਸ ਦਿੱਤਾ। ਪੁਲਿਸ ਪੁੱਛਗਿੱਛ ਕਰੂ, ਮੈਂ ਉਹਨੂੰ ਦੱਸ ਦੂੰ। ਸੰਬੰਧਿਤ ਵਿਭਾਗ ਪੁੱਛਗਿੱਛ ਕਰੂ, ਮੈਂ ਉਹਨੂੰ ਦੱਸ ਦੂੰ। ਹੁਣ ਫਿਰ ਇਹਦੇ ਤੋਂ ਬਾਅਦ SDM ਕੋਲ ਟੀਮ ਨੇ ਪਹੁੰਚ ਕੀਤੀ ਕਿ ਤੁਸੀਂ ਦੱਸੋ, ਆਹ ਸਾਰਾ ਮਾਮਲਾ ਤੁਹਾਡੇ ਸਾਹਮਣੇ ਹੈ, ਦਸਤਖਤ ਵੀ ਹੋਏ ਨੇ, ਆਧਾਰ ਕਾਰਡ ਵੀ ਜਾਲੀ ਹੈ, ਡੈਥ ਸਰਟੀਫਿਕੇਟ ਵੀ ਜਾਲੀ ਹੈ, ਅਤੇ ਬੰਦਾ ਤਾਂ ਆਹ ਖੜਾ ਕਰਮ ਸਿਓ। ਜਿਹੜੇ ਰਾਜਪੁਰਾ ਦੇ SDM ਨੇ ਉਹ ਕਹਿੰਦੇ ਕਿ ਇਸ ਮਾਮਲੇ ਦੀ ਅਸੀਂ ਜਾਂਚ ਕਰਾਂਗੇ, ਕਰਮ ਸਿੰਘ ਵੱਲੋਂ ਸਾਨੂੰ ਸ਼ਿਕਾਇਤ ਮਿਲ ਚੁੱਕੀ ਹੈ, ਮਾਮਲੇ ਦੀ ਜਾਂਚ ਵਿੱਚ ਵੀ ਕੋਈ ਦੇਰੀ ਨਹੀਂ ਕਰਾਂਗੇ। ਤਹਿਸੀਲਦਾਰ ਰਾਜਪੁਰਾ ਵੱਲੋਂ ਕਹਿੰਦੇ ਇਸ ਮਸਲੇ ਦੇ ਵਿੱਚ ਜੋ ਵੀ ਕੁਛ ਹੋਇਆ ਉਹਦੀ ਜਾਂਚ ਕੀਤੀ ਜਾ ਰਹੀ ਹੈ, ਪਰ ਇਹ ਇੰਤਕਾਲ ਗਲਤ ਹੋਇਆ, ਇਹ ਰੱਦ ਕਰਵਾਉਣ ਵਾਸਤੇ ਅਸੀਂ ਵਿਭਾਗ ਨੂੰ ਲਿਖ ਦਿੱਤਾ। ਅਤੇ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਡਿਪਟੀ ਕਮਿਸ਼ਨਰ ਪਟਿਆਲਾ, SSP ਪਟਿਆਲਾ ਅਤੇ AG ਪਟਿਆਲਾ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਿਹੜੇ ਜਿਹੜੇ ਬੰਦੇ ਦੋਸ਼ੀ ਪਾਏ ਗਏ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਹੁਣ ਤੁਸੀਂ ਦੇਖੋ ਕਿ ਇਹ ਪਹਿਲਾ ਮਾਮਲਾ ਨਹੀਂ, ਹੁਣ ਤਾਂ ਕਹਿੰਦੇ ਨੇ ਇੱਕ ਭਾਈ ਫੋਟੋ ਲੱਗਦੀ ਹੈ, ਹੁਣ ਆਧਾਰ ਕਾਰਡ ਲੋਕ ਜਾਲੀ ਬਣਾ ਰਹੇ ਨੇ। ਇਹ 420 ਹੈ, ਤੁਹਾਨੂੰ ਵੀ ਬੇਨਤੀ ਹੈ, ਜੇਕਰ ਤੁਸੀਂ ਵਿਦੇਸ਼ ਦੀ ਧਰਤੀ 'ਤੇ ਰਹਿੰਦੇ ਹੋ ਆਧਾਰ ਕਾਰਡ ਨਾ ਬਣਾ ਲਿਓ, ਕਿਉਂਕਿ ਕਾਨੂੰਨ ਜ਼ੁਰਮ ਹੈ। ਜਦੋਂ ਅਸੀਂ ਕਿਸੇ ਇਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦੇ ਵਿੱਚ ਫਸਦੇ ਹਾਂ ਨਾ, ਕਈ ਵਾਰੀ ਚੌੜ ਚੌੜ 'ਚ ਹੀ ਬਣਾ ਲੈਂਦੇ ਹਾਂ, ਕੋਈ ਗੱਲ ਨਹੀਂ। ਸੋ ਬਚੋ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰੋ, ਜਿਉਂਦਿਆਂ ਨੂੰ ਮਾਰ ਮਾਰ ਕੇ ਸਰਟੀਫਿਕੇਟ ਨਾ ਬਣਾਓ। ਇਹਦੇ 'ਚ ਇੱਕ ਬੰਦਾ ਹੋਰ ਹੈ ਜਿਹਦਾ ਜ਼ਿਕਰ ਕਰਨਾ ਬਣਦਾ ਕਿ ਜੇਕਰ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਡੈਥ ਸਰਟੀਫਿਕੇਟ ਬਣਿਆ ਤਾਂ ਜਿਨ੍ਹਾਂ ਨੇ ਉੱਥੇ ਡੈਥ ਸਰਟੀਫਿਕੇਟ ਬਣਾਇਆ ਤਾਂ ਉਹਨਾਂ ਦੀ ਵੀ ਜਵਾਬਦੇਹੀ ਹੋਊਗੀ ਕਿ ਦੱਸੋ ਤੁਹਾਡੇ ਹਸਪਤਾਲ ਦੇ ਵਿੱਚ ਕੌਣ ਮਰਿਆ ਸੀ, ਕਿੱਥੇ ਮਰਿਆ ਸੀ, ਕੀ ਤੁਹਾਡੇ ਕੋਲ ਸਬੂਤ ਸੀ, ਕਿਹਨੇ ਤੁਹਾਨੂੰ ਕਿਹਾ, ਕਿ ਇਹਦਾ ਮੁੱਖ ਸਰਗਣਾ ਕੋਈ ਹੋਰ ਹੈ ਜਾਂ ਮਨਪ੍ਰੀਤ ਨੇ ਸਾਰੇ ਬੰਦੇ ਕਾਣੇ ਕੀਤੇ, ਪੈਸੇ ਦਿੱਤੇ, ਰਿਸ਼ਵਤ ਦਿੱਤੀ। ਪਰ ਮਾਮਲਾ ਖੁੱਲ੍ਹ ਗਿਆ, ਮਾਮਲਾ ਬਹੁਤ ਵੱਡਾ ਹੈ। ਸੋ ਹੋ ਸਕਦਾ ਤੁਹਾਡੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਹੋਵੇ ਜਿਹਦੇ ਨਾਲ ਠੱਗੀ ਹੋਈ ਹੋਵੇ, ਝਿਜਕਿਆ ਨਾ ਕਰੋ, ਸੰਬੰਧਿਤ ਮਹਿਕਮੇ ਤੱਕ ਇਹਦੀ ਜ਼ਰੂਰ ਰਿਪੋਰਟ ਕਰਿਆ ਕਰੋ ਤਾਂ ਕਿ ਇਹ ਦੋਸ਼ੀ ਫੜੇ ਜਾਣ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਅੱਜ ਦਾ ਆਪਣਾ ਪ੍ਰੋਗਰਾਮ। ਉਮੀਦ ਕਰ ਰਿਹਾ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਅਤੇ ਸ਼ੇਅਰ ਵੀ ਕਰ ਦੇਣਾ। ਅਤੇ ਜੇਕਰ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਦੇਣੀ, ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ, ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।